ਹਾਏ ਗਾਇਸ, ਵੈਲਕਮ ਟੂ ਮਾਈ ਨਿਊ ਵੀਡੀਓ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਨਵੇਂ ਚੈਨਲ। ਤੁਸੀਂ ਦੇਖ ਹੀ ਰਹੇ ਹੋ, ਅਸੀਂ ਜਾ ਰਹੇ ਹਾਂ ਖੂਹ ਵੱਲ। ਅੱਜ ਖੂਹ 'ਤੇ ਖਾਦ ਪੈ ਲਈ ਆ। ਆ ਗਾਇਸ, ਆ ਤੁਹਾਨੂੰ ਕਣਕ ਦੇ ਖੇਤ ਦੇਖ ਰਹੇ ਹਾਂ ਜਿਨ੍ਹਾਂ 'ਚ ਅਸੀਂ ਖਾਦ ਪਾਉਣੀ ਆ। ਹੁਣ ਆਹ ਦੇਖੋ ਆਪਾਂ ਅੱਗੇ ਅੱਗੇ ਕੀ ਕਰਦੇ ਹਾਂ। ਆਪਣਾ ਮੂਹਰੇ ਪਰਸੀਨ ਵਾਲਾ ਖੇਤ ਆ ਗਿਆ ਆ, ਡੋਗਰੀਆਂ 'ਤੇ ਇਹਨੂੰ ਵੀ ਖਾਦ ਪਾ ਕੇ ਪਾਣੀ ਲਾ ਦੇਣਾ ਆ। ਪਸ਼ੂਆਂ ਦੇ ਪੱਠੇ ਬਿਨਾਂ ਕਿਹੜਾ ਸਰਦਾ ਆ। ਉਹ ਅੱਗੇ ਆਪਣਾ ਖੂਹ ਦਿੰਦਾ ਹੈ ਜਿੱਥੇ ਆਪਾਂ ਨਵੀਆਂ ਨਵੀਆਂ ਵੀਡੀਓਆਂ ਬਣਾ ਕੇ ਪਾਈ ਦੀਆਂ ਆ। ਅੱਜ ਧੁੱਪ ਬਹੁਤ ਸੋਹਣੀ ਲੱਗੀ ਆ, ਤਾਂ ਕਰਕੇ ਸਾਰੇ ਲੋਕ ਖੇਤਾਂ 'ਚ ਕੰਮ ਕਰ ਰਹੇ ਆ। ਉਹ ਆਪਣੇ ਸੋਨੂੰ ਭਾਅ ਜੀ ਵੀ ਆਪਣੇ ਖੇਤਾਂ 'ਚ ਦਿਖਲਾਰ ਰਹੇ ਆ ਕੰਮ ਕਰਦੇ ਆ। ਕੋਲ ਤਾਂ ਕੀ ਜਾਣਾ, ਇੱਥੇ ਹਾਲ ਚਾਲ ਪੁੱਛ ਲੈਂਦੇ ਆ। ਉਹ ਕਿੱਦਾਂ ਸੋਨੂੰ ਭਾਅ ਜੀ, ਕਿੱਦਾਂ ਹਾਲ ਚਾਲ, ਕਿੱਦਾਂ ਵਧੀਆ ਹੈ? ਲੱਗਦਾ ਇੰਨੀ ਦੂਰੋਂ ਸੁਣਿਆ ਨਹੀਂ ਭਾਅ ਜੀ ਨੂੰ। ਚਲੋ ਜੀ, ਹੋਰ ਤਾਂ ਗੱਲਾਂ ਹੋ ਗਈਆਂ, ਹੁਣ ਕੰਮ ਬਾਰੇ ਗੱਲ ਕਰਦੇ ਹਾਂ। ਮੈਂ ਅੱਜ ਦੱਸਣਾ ਚਾਹੁੰਦਾ ਤੁਹਾਨੂੰ ਕਿ ਇਹ ਵਾਲੀ ਵੀਡੀਓ ਬਹੁਤ ਜਾਣਕਾਰੀ ਵਾਲੀ ਹੋਣ ਵਾਲੀ। ਅੱਜ ਤੁਹਾਨੂੰ ਅਸੀਂ ਖੇਤੀਬਾੜੀ ਬਾਰੇ ਬਹੁਤ ਕੁਛ ਦੱਸਣਾ ਆ। ਅੱਜ ਆਪਾਂ ਕਣਕ ਦੇ ਖੇਤਾਂ 'ਚ ਗੁੱਲੀ ਡੰਡੇ ਦੇ ਖਾਤਮੇ ਲਈ ਕਣਕ ਦੇ ਖੇਤਾਂ 'ਚ ਦਵਾ ਪਾਉਣੀ ਆ, ਅਤੇ ਇਹ ਦਵਾ ਆਪਾਂ ਯੂਰੀਆ ਖਾਦ ਵਿੱਚ ਰਲਾ ਕੇ ਪਾਉਣੀ ਆ। ਆਪਾਂ ਖਾਦ, ਦਵਾਈ, ਡੀਜ਼ਲ ਅਤੇ ਹੋਰ ਵੀ ਕੁਛ ਜੋ ਵੀ ਚਾਹੀਦਾ ਆ ਉਹ ਸਭ ਕੁਛ ਲੈ ਆਉਂਦਾ ਆ, ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਵਿੱਚ। ਤੁਸੀਂ ਦੇਖ ਹੀ ਸਕਦੇ ਹੋ ਯੂਰੀਆ ਖਾਦ ਦੇ ਬੋਰੇ 'ਚੋਂ ਖਾਦ ਕੱਢ ਕੇ ਪੱਲੀ ਵਿੱਚ ਢੇਰੀ ਕੀਤਾ ਗਿਆ ਆ। ਤੁਸੀਂ ਦੇਖ ਹੀ ਰਹੇ ਹੋ ਖਾਦ ਉੱਤੇ ਚੰਗੀ ਤਰ੍ਹਾਂ ਡੀਜ਼ਲ ਛੱਡ ਕੇ ਜਾ ਰਿਹਾ ਆ, ਤਾਂ ਕਿ ਜਿਹੜਾ ਦਵਾਈ ਆ ਉਹ ਚੰਗੀ ਤਰ੍ਹਾਂ ਖਾਦ ਦੇ ਦਾਣਿਆਂ ਨਾਲ ਚੁੰਬੜ ਜਾਵੇ। ਜਦੋਂ ਇਹ ਦਵਾਈ ਖਾਦ ਦੇ ਦਾਣਿਆਂ ਨਾਲ ਚੰਗੀ ਤਰ੍ਹਾਂ ਚੁੰਬੜ ਜਾਂਦੀ ਹੈ, ਇਹ ਨਾ ਹਵਾ 'ਚ ਉੜਦੀ ਆ ਅਤੇ ਨਾ ਕਣਕ ਦੇ ਪੱਤਿਆਂ 'ਤੇ ਪੈਂਦੀ ਆ, ਕਿਉਂਕਿ ਇਹ ਜੇ ਕਣਕ ਦੇ ਪੱਤਿਆਂ 'ਤੇ ਪੈ ਜਾਵੇ ਤਾਂ ਇਹ ਕਣਕ ਦਾ ਨੁਕਸਾਨ ਬਹੁਤ ਜ਼ਿਆਦਾ ਕਰਦੀ ਆ। ਅਤੇ ਇਹ ਦਵਾਈ ਦਾ ਅਸਰ ਜਿਹੜਾ ਇਹ ਜੜ੍ਹ ਰਾਹੀਂ ਹੁੰਦਾ, ਇਹ ਜੜ੍ਹ ਰਾਹੀਂ ਗੁੱਲੀ ਡੰਡੇ ਅਤੇ ਚੌੜੇ ਪੱਤਿਆਂ ਵਾਲੇ ਘਾਹ ਨੂੰ ਮਾਰਦੀ ਆ। ਅਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਇਸ ਵੇਲੇ ਕਣਕ ਦਾ ਸਭ ਤੋਂ ਜ਼ਿਆਦਾ ਨੁਕਸਾਨ ਗੁੱਲੀ ਡੰਡੇ ਕਰਕੇ ਹੁੰਦਾ ਆ, ਅਤੇ ਇਹ ਕਿਸੇ ਵੀ ਦਵਾਈ ਨਾਲ ਖਤਮ ਨਹੀਂ ਹੋ ਰਿਹਾ। ਜਦੋਂ ਇਹ ਦਵਾਈ ਚੰਗੀ ਤਰ੍ਹਾਂ ਖਾਦ ਨਾਲ ਮਿਕਸ ਹੋ ਗਏ, ਉਹਦਾ ਇਹਨੂੰ ਝੋਲੀ 'ਚ ਪਾਵਾਂਗੇ ਅਤੇ ਖੇਤਾਂ 'ਚ ਛਿੱਟਾ ਦੇਵਾਂਗੇ। ਨਾਲੇ ਜਿਹੜੇ ਦਵਾਈ ਦੇ 3 ਪੈਕਟ ਸੀਗੇ ਉਹ ਅਸੀਂ ਖਾਦ ਦੇ 2 ਬੋਰਿਆਂ ਵਿੱਚ ਰਲਾਏ ਆ, ਅਤੇ ਹੁਣ ਦੇਖੀਏ ਅਤੇ ਇਹਨਾਂ 2 ਬੋਰਿਆਂ ਦਾ ਛਿੱਟਾ ਕਿੰਨੇ ਥਾਂ 'ਚ ਆਉਂਦਾ। ਕਰਕੇ 2 ਪੈਕਟਾਂ ਦਾ ਛਿੱਟਾ 1 ਖੇਤ 'ਚ ਆਉਣਾ ਚਾਹੀਦਾ, ਅਤੇ ਆਪਣੇ 3 ਪੈਕਟ ਆ ਤਾਂ ਕਰਕੇ ਆਪਣਾ 1 ਖੇਤ ਜ਼ਿਆਦਾ ਥਾਂ 'ਚ ਛਿੱਟਾ ਆਉਣਾ ਚਾਹੀਦਾ। ਦੇਖ ਗਿਆ ਲਿਆ ਬੁੱਢੀ ਜਿਹਦਾ ਫਾਇਦਾ ਕਿੰਨਾ ਹੈ, ਦੇਖ ਲੈ ਪਾਊਡਰ ਮਾੜਾ ਨਹੀਂ ਰਹਿ ਗਿਆ ਵੈਸੇ।
ਹੁਣ ਜਿਹੜੀ ਦਵਾਈ ਆ ਉਹ ਖਾਦ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਆ। ਹੁਣ ਅਸੀਂ ਇਹਨੂੰ ਝੋਲੀਆਂ 'ਚ ਪਾਈਏ ਅਤੇ ਖੇਤ 'ਚ ਛਿੱਟਾ ਦੇਣਾ ਸ਼ੁਰੂ ਕਰੀਏ। ਜਿਹੜੇ ਖੇਤਾਂ 'ਚ ਆਪਾਂ ਖਾਦ ਪਾਈ ਆ, ਹਫ਼ਤੇ ਬਾਅਦ 'ਚ ਅਸੀਂ ਫਿਰ ਵੀਡੀਓ ਪਾਉਣੀ ਆ। ਆਪਾਂ ਦੇਖਣਾ ਆ ਗੁੱਲੀ ਡੰਡਾ ਮਰਿਆ ਕਿ ਨਹੀਂ ਮਰਿਆ, ਜੇ ਮਰਿਆ ਤਾਂ ਕਿੰਨੇ ਕੁ ਪਰਸੈਂਟ ਮਰਿਆ ਆਪਾਂ ਦੇਖਣਾ ਆ। ਤੁਸੀਂ ਦੇਖ ਲਓ ਹੁਣ ਝੋਲੀਆਂ ਭਰੀਆਂ ਜਾ ਰਹੀਆਂ ਕਿ ਅਸੀਂ ਸਾਰੇ ਖੇਤਾਂ 'ਚ ਇੱਦਾਂ ਹੀ ਦਵਾ ਪਾਉਣੀ ਆ ਅਤੇ ਗੁੱਲੀ ਡੰਡੇ ਨੇ ਨਾਮ ਨਿਸ਼ਾਨ ਨਹੀਂ ਛੱਡਣਾ ਐਤਕੀ। ਅਸੀਂ ਖੇਤ ਵੀ ਪੂਰੇ ਗਿੱਲੇ ਆ, ਜੇ ਪਰਸੋਂ ਹੀ ਪਾਣੀ ਲਾਇਆ ਖੇਤਾਂ ਨੂੰ, ਅਜੇ ਗੋਡੇ ਗੋਡੇ ਪੈਰ ਖੁੱਬੜੇ ਖੇਤਾਂ 'ਚ, ਅਤੇ ਖਾਦ ਲਾਉਣੀ ਬਹੁਤ ਔਖੀ ਹੋ ਜਾਣੀ ਖਾਦ ਪਾਉਣੀ। ਹੁਣ ਗੁੱਲੀ ਡੰਡਾ ਸੁੱਕ ਜਾਵੇ ਇੱਕ ਵਾਰ, ਕਿਉਂਕਿ ਬੜੀ ਮਿਹਨਤ ਲੱਗੀ ਸਾਡੀ, ਅਸੀਂ ਬਹੁਤ ਮਿਹਨਤ ਕਰਨੀ ਪੈਂਦੀ ਆ, ਡੀਜ਼ਲ ਡੂਜ਼ਲ ਚੰਗੀ ਤਰ੍ਹਾਂ ਦਵਾਈ ਦਵੂਈ ਰਲਾਉਣੀ ਪੈਂਦੀ ਅਤੇ ਫਿਰ ਬਾਅਦ 'ਚ ਖੇਤਾਂ 'ਚ ਖਾਦ ਪਾਉਣੀ ਪੈਂਦੀ ਆ। ਇੱਕ ਵਾਰੀ ਸੁੱਕ ਜਾਵੇ ਗੁੱਲੀ ਡੰਡਾ, ਤੁਸੀਂ ਦੇਖ ਹੀ ਸਕਦੇ ਹੋ ਸਾਡਾ ਬੰਦਾ 250 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਨੱਠ ਰਿਹਾ ਸੀ, ਹੁਣ ਉਹਦਾ ਸਟੈਮਿਨਾ ਥੋੜ੍ਹਾ ਘੱਟ ਹੋ ਗਿਆ ਤਾਂ ਕਰਕੇ ਹੁਣ ਹੌਲੀ ਭੱਜਣ ਲੱਗ ਪਿਆ। ਉੱਦਾਂ ਦਵਾਈ ਖੜ੍ਹੇ ਪਾਣੀ 'ਚ ਪਾਉਣੀ ਨਹੀਂ ਚਾਹੀਦੀ, ਕੋਈ ਨਹੀਂ ਹੁੰਦਾ, ਹੁਣ ਸਾਡਾ ਭਈਆ ਪਾਈ ਜਾਂਦਾ ਆ। ਗਾਇ ਸੱਚੀ ਇਹਨੂੰ ਸਾਡਾ ਭਈਆ ਨਾ ਸਮਝੋ, ਉੱਦਾਂ ਸੱਚੀ 'ਚ ਦੱਸ ਦਵਾਂ ਇਹ ਮੇਰਾ ਡੈਡੀ ਆ ਜਿਹੜਾ ਖਾਦ ਪਾਉਂਦਾ ਪਿਆ। ਤੁਸੀਂ ਦੇਖ ਕੇ ਲਿਆ ਹੋਣਾ ਮੇਰਾ ਡੈਡੀ ਕਿੰਨੀ ਤੇਜ਼ ਭੱਜਦਾ, ਜਿੱਦਾਂ ਪਿੱਛੇ ਕਿਸੇ ਨੇ 4-5 ਸ਼ੇਰ ਛੱਡੇ ਹੁੰਦੇ ਉੱਦਾਂ ਨੱਠ ਕੇ ਆਇਆ ਮੇਰਾ ਡੈਡੀ, ਉੱਧਰ ਨੂੰ ਗਿਆ ਅਤੇ ਇੱਧਰ ਨੂੰ ਆਇਆ, ਐਡੀ ਤੇਜ਼ ਮੈਨੂੰ ਲੱਗਦਾ ਕੋਈ ਨਹੀਂ ਨੱਠ ਸਕਦਾ। ਮੈਂ ਤਾਂ ਆਪਣੇ ਡੈਡੀ ਤੋਂ ਪੁੱਛਣਾ ਪਿਆ ਸੀ ਵੀ ਤੇਰੇ ਪਿੱਛੇ ਪੈਟ ਬਾਲ ਤਾਂ ਨਹੀਂ ਲੱਗਾ ਸੀ ਜਿਹੜਾ ਇੰਨੀ ਤੇਜ਼ ਨੱਠ ਲਿਆ। ਹਾਸੇ ਨਾਲ ਹਾਸਾ ਰਿਹਾ, ਹੁਣ ਤੁਹਾਨੂੰ ਦਵਾਈ ਦਾ ਨਾਮ ਤਾਂ ਦੱਸ ਦਿਓ, ਤੁਸੀਂ ਸੋਚੀ ਜਾਂਦੇ ਹੁਣ ਇਹਨੇ ਦਵਾਈ ਦੇ ਬਾਰੇ ਸਭ ਕੁਝ ਦੱਸਤਾ, ਇਹਨੇ ਦਵਾਈ ਦਾ ਨਾਮ ਨਹੀਂ ਦੱਸਿਆ। ਚਲੋ ਹੁਣ ਤੁਹਾਨੂੰ ਦਵਾਈ ਦਾ ਨਾਮ ਵੀ ਦੱਸ ਦਿੰਦੇ ਹਾਂ। ਇਹ ਦਵਾਈ ਦਾ ਨਾਮ ਹੈਗਾ ਮੈਟਰੀਵਿਜ਼ਨ, ਅੱਗੇ ਇਹ ਸੈਨਕੋਰ ਦੇ ਨਾਮ ਨਾਲ ਮਸ਼ਹੂਰ ਹੋਈ ਸੀ, ਫਿਰ ਇਹਨੂੰ ਟਾਟਾ ਮੈਟਰੀ ਬਣਾਉਣ ਲੱਗ ਪਏ, ਹੁਣ ਇਹਨੂੰ ਬੁਲਾਉਂਦੇ ਆ ਇਕੱਲਾ ਮੈਟਰੀ। ਜੇ ਤੁਸੀਂ ਇਹ ਵਾਲੀ ਦਵਾਈ ਲੈਣੀ ਹੋਈ ਤੁਸੀਂ ਦੁਕਾਨ 'ਤੇ ਜਾ ਕੇ ਇਹੀ ਕਹਿਣਾ ਮੈਟਰੀਵਿਜ਼ਨ।
ਜੇ ਤੁਹਾਨੂੰ ਐਡਰੈਸ ਵੀ ਚਾਹੀਦਾ ਹੈ ਕਿੱਥੋਂ ਲੈਣੀ, ਫਿਰ ਮੈਂ ਐਡਰੈਸ ਦੱਸ ਦਿੰਦਾ ਹਾਂ। ਹੁਸ਼ਿਆਰਪੁਰ ਰੋਡ 'ਤੇ ਜਿਹੜੀ ਦਾਣਾ ਮੰਡੀ ਆ ਹੈ ਨਾ, ਉੱਥੇ ਇੱਕ ਦੁਕਾਨ ਆ, ਉਹ ਲਾਡੀ ਭਾਅ ਜੀ ਦੀ ਆ, ਉਹ ਮੈਨੂੰ ਜਾਣਦਾ ਹੀ ਆ, ਮੇਰਾ ਭਰਾ ਹੀ ਲੱਗਦਾ। ਬਸ ਉੱਥੇ ਜਾ ਕੇ ਮੇਰਾ ਨਾਮ ਲੈ ਦੇ, ਅਤੇ ਮੈਂ ਕਹਿ ਦਿਓ ਮੈਟ੍ਰੀਫਿਜ਼ਨ ਚਾਹੀਦੀ, ਉਹਨਾਂ ਨੇ ਤੁਹਾਨੂੰ ਭਾਵੇਂ ਫ੍ਰੀ 'ਚ ਦੇ ਦੇਣੀ, ਪੱਕਾ ਨਹੀਂ, ਗਰੰਟੀ ਨਹੀਂ ਹੈਗੀ ਮੈਨੂੰ। ਉਹ ਅੱਗੇ ਕਈ ਵਾਰੀ ਮੇਰੇ ਨਾਲ ਲੜਦਾ ਰਹਿੰਦਾ ਆ, ਮੈਂ ਉਹ ਮੈਨੂੰ ਕਹਿੰਦਾ ਰਹਿੰਦਾ ਮੈਨੂੰ ਭਾਅ ਜੀ, ਭਾਅ ਜੀ ਕਾਹਤੋਂ ਕਹਿੰਦਾ। ਫਿਰ ਮੈਂ ਉਹਨੂੰ ਹੁਣ ਨਾਮ ਨਾਲ ਥੋੜ੍ਹੀ ਨਾ ਬੁਲਾਉਣਾ, ਕਹਿੰਦਾ ਮੈਂ ਤਾਂ ਤੇਰੇ ਡੈਡੀ ਤੋਂ ਵੱਡਾ, ਮੈਂ ਤੇਰਾ ਚਾਚਾ। ਕਈ ਬੰਦਿਆਂ ਨੂੰ ਭਾਅ ਜੀ ਕਿਹਾ, ਜਿਹਨੂੰ ਇੱਕ ਵਾਰ ਭਾਅ ਜੀ ਕਹਿਣ ਦਾ ਮਨ ਕਰ ਜੇ, ਉਹਨੂੰ ਬਸ ਹੁਣ ਭਾਅ ਜੀ ਕਹੀ ਤਾਂ ਭਾਵੇਂ ਜੋ ਮਰਜ਼ੀ ਹੋ ਜਾਵੇ। ਬਾਕੀ ਗੱਲਾਂ ਦੀਆਂ ਗੱਲਾਂ ਹੁਣ ਆਈਏ ਅਸੀਂ ਆਪਣੇ ਮੇਨ ਟੋਪਿਕ 'ਤੇ। ਤੁਸੀਂ ਇਹ ਵਾਲੀ ਦਵਾਈ ਜ਼ਰੂਰ ਵਰਤਣੀ, ਇਹ ਗੁੱਲੀ ਡੰਡੇ ਮਾਰਨ 'ਚ ਸਭ ਤੋਂ ਕਾਮਯਾਬ ਦਵਾਈ ਆ। ਅਸੀਂ ਇਹ ਦਵਾਈ ਪਿਛਲੇ ਸਾਲ ਵੀ ਵਰਤੀ ਸੀਗੀ, ਪਿਛਲੇ ਸਾਲ ਸਾਨੂੰ ਇਹ ਦਵਾਈ ਪਾਉਣ ਦਾ ਹਿਸਾਬ ਜਿਹਾ ਨਹੀਂ ਪਤਾ ਸੀ, ਤਾਂ ਫਿਰ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਸੀ। ਇਸ ਵਾਰ ਜੇ ਇਹਦਾ ਰਿਜ਼ਲਟ ਜਿੱਦਾਂ ਦਾ ਵੀ ਆਇਆ, ਤੁਹਾਨੂੰ ਅਸੀਂ ਵੀਡੀਓ ਪਾਵਾਂਗੇ ਜ਼ਰੂਰ। ਓਕੇ ਬਾਏ। ਸਾਡੀ ਤੁਸੀਂ ਅਗਲੀ ਸਾਡੀ ਵੀਡੀਓ ਦਾ ਇੰਤਜ਼ਾਰ ਕਰਿਓ, ਅਤੇ ਹੋ ਸਕੇ ਤਾਂ ਸਾਨੂੰ ਚੇਤਾ ਕਰਾ ਦਿਓ ਕਿ ਅਸੀਂ ਅਗਲੀ ਵੀਡੀਓ ਵੀ ਪਾਉਣੀ ਆ। ਵੈਸੇ ਅਸੀਂ ਅਗਲੀ ਵੀਡੀਓ ਆ ਜਿਹੜਾ ਅਸੀਂ ਦਵਾਈ ਪਾਈ ਉਹਦੀ ਰਿਜ਼ਲਟ ਦੀ ਪਾਉਣੀ ਆ। ਜਦ ਤੱਕ ਇਸ ਖੇਤ ਦਾ ਰਿਜ਼ਲਟ ਆਉਣਾ ਆ, ਤਦ ਤੱਕ ਅਸੀਂ ਬਾਕੀ ਸਾਰੇ ਖੇਤਾਂ ਨੂੰ ਦਵਾਈ ਪਾ ਚੁੱਕੇ ਹੋਣਾ ਆ। ਸਾਰੇ ਖੇਤਾਂ ਦੀ ਦਵਾਈ ਦੀ ਰਿਪੋਰਟ ਅਸੀਂ ਇਕੱਠੀ ਸਾਂਝੀ ਕਰਾਂਗੇ, ਅਤੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਜ਼ਰੂਰ। ਓਕੇ ਬਾਏ, ਅਗਲੀ ਵੀਡੀਓ 'ਚ ਮਿਲਾਂਗੇ ਤੁਹਾਨੂੰ। ਜਾਂਦੇ ਜਾਂਦੇ ਗੱਲ ਕਹਿਣੀ ਸੀ, ਜੇ ਕੋਈ ਤੁਹਾਡਾ ਕੀਮਤੀ ਸੁਝਾਅ ਹੋਵੇ ਵੀਡੀਓ 'ਤੇ ਤਾਂ ਸਾਨੂੰ ਜ਼ਰੂਰ ਦੱਸਿਓ। ਜਿੰਨੀ ਕੀਮਤ ਹੋਊਗੀ ਤੁਹਾਡੇ ਸੁਝਾਅ ਦੀ, ਉਨੇ